ਤੁਹਾਨੂੰ ਆਪਣੀ ਦੀਕਸ਼ਾ ਦੀ ਟ੍ਰੇਨਿੰਗ ਕੰਪਲੀਟ ਕਰਨ ਲਈ ਕੁਝ ਸਟੈਪ ਸਿੱਖਣੇ ਪੈਣਗੇ ਜੋ ਕਿ ਇਸ ਪ੍ਰਕਾਰ ਹਨ। ਪਹਿਲਾਂ ਆਪਣੇ ਕ੍ਰੋਮ ਬਰਾਊਜ਼ਰ ਉੱਤੇ ਤੁਸੀਂ diksha.gov.in ਸਰਚ ਕਰੋ। ਜਦੋਂ ਵੈਬਸਾਈਟ ਖੁੱਲ ਜਾਵੇ ਤਾਂ ਫਿਰ ਐਕਸਪਲੋਰ ਕੰਟੈਂਟ 'ਤੇ ਜਾਓ। ਹੁਣ ਮੈਂ ਆਪਣੇ ਈਮੇਲ ਆਈ ਡੀ ਪਾਸਵਰਡ ਨਾਲ ਲੌਗਇਨ ਕੀਤਾ ਹੋਇਆ ਹੈ। ਜੇ ਤੁਸੀਂ ਨਹੀਂ ਕੀਤਾ ਤਾਂ ਪਹਿਲਾਂ ਰਜਿਸਟਰ ਕਰ ਲਓ ਅਤੇ ਫਿਰ ਲੌਗਇਨ ਕਰ ਲਓ। ਹੁਣ ਤੁਸੀਂ ਟ੍ਰੇਨਿੰਗਸ 'ਤੇ ਜਾਓ। ਟ੍ਰੇਨਿੰਗਸ 'ਤੇ ਜਾਣ ਤੋਂ ਬਾਅਦ ਤੁਸੀਂ ਕੋਈ ਵੀ ਕੋਰਸ ਸਿਲੈਕਟ ਕਰ ਸਕਦੇ ਹੋ। ਅਸੀਂ ਅੱਜ ਸਵਾਲ ਪੁੱਛਣੇ ਕੀ ਕੌਸ਼ਲ ਕੋਰਸ ਕਰਾਂਗੇ, ਇਸ 'ਤੇ ਕਲਿੱਕ ਕਰੋ। ਹੁਣ ਤੁਸੀਂ ਜੁਆਇੰਟ ਟ੍ਰੇਨਿੰਗ 'ਤੇ ਜਾਣਾ ਹੈ। ਹੁਣ ਜੁਆਇੰਟ ਟ੍ਰੇਨਿੰਗ ਕਲਿੱਕ ਕਰ ਦਿਓ। ਜੁਆਇੰਟ ਟ੍ਰੇਨਿੰਗ ਕਰੋ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਸਾਡਾ ਕੰਟੈਂਟ ਲੋਡ ਹੋ ਚੁੱਕਾ ਹੈ। ਅਸੀਂ ਇਹ ਨੈਕਸਟ ਪਹਿਲਾਂ ਇਹ ਵੀਡੀਓ ਦੇਖਣ ਤੋਂ ਬਾਅਦ ਨੈਕਸਟ ਕਰਾਂਗੇ। ਇਸ ਤੋਂ ਬਾਅਦ ਜਦੋਂ ਸਾਰੇ ਇਹ ਵਾਲੇ ਕੋਰਸ ਹੋ ਜਾਣਗੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਕੁਝ ਕੁਐਸਚਨਸ ਕਰਾਂਗੇ। ਉਹ ਕੁਐਸਚਨਸ ਦੇ ਸਾਰੇ ਸਹੀ ਜਵਾਬ ਦੇਣ ਤੋਂ ਬਾਅਦ ਅਗਲੇ ਦਿਨ ਤੁਹਾਡਾ ਇੱਕ ਸਰਟੀਫਿਕੇਟ ਸਰਕਾਰ ਵੱਲੋਂ ਇਸ਼ੂ ਹੋ ਜਾਏਗਾ, ਜਿਸ ਵਿੱਚ ਤੁਹਾਡੀ ਟ੍ਰੇਨਿੰਗ ਸੰਬੰਧੀ ਲਿਖਿਆ ਹੋਏਗਾ। ਸਾਡੀ ਵੀਡੀਓ ਦੇਖਣ ਲਈ ਧੰਨਵਾਦ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ ਅਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ।